ਸਤਿ ਸ਼੍ਰੀ ਅਕਾਲ TV84 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਹਰਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ INX ਮੀਡੀਆ ਘੋਟਾਲੇ ਵਿੱਚ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਰਾਹਤ ED ਵੱਲੋਂ ਗ੍ਰਿਫਤਾਰੀ ਕੀਤੇ ਜਾਣ ਤੇ ਲਾਈਵ ਰੋਕ ਚਿਦੰਬਰਮ ਬਾਰੇ ਅਗਲੀ ਸੁਣਵਾਈ 26 ਅਗਸਤ ਨੂੰ ਤੈਅ ਸੂਬੇ ਵਿੱਚ ਆਏ ਹੜ੍ਹਾਂ ਲਈ ਕੈਪਟਨ ਸਰਕਾਰ ਜ਼ਿੰਮੇਵਾਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਕਿਹਾ ਕੈਪਟਨ ਸਰਕਾਰ ਕੇਂਦਰ ਤੋਂ ਆਏ ਫੰਡਾਂ ਦਾ ਨਹੀਂ ਕਰ ਪਾ ਰਹੀ ਸਹੀ ਉਪਯੋਗ ਬੁੱਢੇ ਦਰਿਆ ਦੇ ਗੰਦੇ ਪਾਣੀ ਤੋਂ ਪਰੇਸ਼ਾਨ ਅਕਾਲੀ ਆਗੂਆਂ ਨੇ ਗੰਦਾ ਪਾਣੀ ਬਾਲਟੀਆਂ ਵਿੱਚ ਭਰ ਕੇ ਹਲਕਾ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਅੱਗੇ ਸੁੱਟਿਆ ਜਦਕਿ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੋਂ ਸਹਿਯੋਗ ਦੀ ਕੀਤੀ ਮੰਗ ਕੇਜਰੀਵਾਲ ਸਰਕਾਰ ਵੱਲੋਂ ਵਿਸ਼ੇਸ਼ ਇਜਲਾਸ ਸੱਦ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਿਰ ਦੁਬਾਰਾ ਉਸੇ ਸਥਾਨ ਤੇ ਬਣਾਏ ਜਾਣ ਦਾ ਪ੍ਰਸਤਾਵ ਪਾਸ ਕਰਨ ਤੋਂ ਬਾਅਦ ਸੂਬੇ ਦੀ ਕੈਪਟਨ ਸਰਕਾਰ ਅਤੇ ਅਕਾਲੀ ਦਲ ਤੇ ਬਣਾਇਆ ਦਬਾਅ ਆਪ ਆਗੂਆਂ ਨੇ ਕੈਪਟਨ ਸਰਕਾਰ ਤੋਂ ਇਸ ਮੁੱਦੇ ਤੇ ਇਜਲਾਸ ਸੱਦਣ ਦੀ ਕੀਤੀ ਮੰਗ ਤੇ ਗੰਨੇ ਦੀ ਫਸਲ ਦਾ ਬਕਾਇਆ ਲੈਣ ਲਈ ਕਿਸਾਨ ਫਿਰ ਸੜਕਾਂ ਤੇ ਕਸਬਾ ਟਾਂਡਾ ਵਿੱਚ GT ਰੋਡ ਕੀਤੀ ਜਾਮ ਕੈਪਟਨ ਸਰਕਾਰ ਦਾ ਫੂਕਿਆ ਪੁਤਲਾ ਸੰਘਰਸ਼ ਤੇਜ਼ ਕਰਨ ਦੀ ਦਿੱਤੀ ਚੇਤਾਵਨੀ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਕੈਨੇਡਾ ਦੇ ਸਭ ਤੋਂ ਮਕਬੂਲ ਅਖਬਾਰ ਟੋਰਾਂਟੋ ਸਟਾਰ ਨੇ ਕੈਨੇਡਾ ਦੀ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ ਦੇ ਭਾਰਤ ਵੰਸ਼ੀ ਸਿੱਖ ਪ੍ਰਧਾਨ ਜਗਮੀਤ ਸਿੰਘ ਤੇ ਵਿਵਾਦਿਤ ਟਿੱਪਣੀ ਕੀਤੀ ਹੈ ਜਿਸ ਕਰਕੇ ਉਸ ਨੂੰ ਲੋਕਾਂ ਦੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਅਖਬਾਰ ਨੇ ਜਗਮੀਤ ਸਿੰਘ ਬਾਰੇ ਇੱਕ ਟਵੀਟ ਪੋਸਟ ਕੀਤਾ ਜਿਸ ਵਿੱਚ ਪੁੱਛਿਆ ਗਿਆ ਜਗਮੀਤ ਤੁਹਾਡੇ ਦਿਲ ਦੇ ਨੇੜੇ ਸਭ ਤੋਂ ਵੱਡਾ ਮਸਲਾ ਕੀ ਹੈ ਟਵੀਟ ਵਿੱਚ ਅੱਗੇ ਲਿਖਿਆ ਸੀ ਕਿ ਤੁਸੀਂ ਦੱਸ ਸਕਦੇ ਹੋ ਕਿ ਬਟਰ ਚਿਕਨ ਰੋਟੀ ਲਈ ਸਭ ਤੋਂ ਉੱਤਮ ਸਥਾਨ ਕਿਹੜਾ ਹੈ ਦਰਅਸਲ ਕੈਨੇਡਾ ਵਿੱਚ ਅਕਤੂਬਰ ਵਿੱਚ ਸੰਘੀ ਚੋਣਾਂ ਹੋਣੀਆਂ ਨੇ ਤੇ ਟੋਰਾਂਟੋ ਸਟਾਰ ਪ੍ਰਧਾਨ ਮੰਤਰੀ ਟਰੂਡੋ ਦੀ ਲਿਬਰਲ ਪਾਰਟੀ ਦਾ ਸਮਰਥਕ ਹੈ ਜਗਮੀਤ ਦੀ ਪ੍ਰਸਿੱਧੀ ਦਿਨ ਬ ਦਿਨ ਵਧਦੀ ਜਾ ਰਹੀ ਹੈ ਇਸ ਲਈ ਅਖਬਾਰ ਨੇ ਲਿਬਰਲ ਪਾਰਟੀ ਦੇ ਹੱਕ ਵਿੱਚ ਅਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਪਰ ਇਹ ਟਵੀਟ ਅਖਬਾਰ ਲਈ ਗਲੇ ਦੀ ਹੱਡੀ ਬਣ ਗਿਆ ਕਿਉਂਕਿ ਜਗਮੀਤ ਅੰਮ੍ਰਿਤਧਾਰੀ ਸਿੱਖ ਨੇ ਤੇ ਮਾਸ ਨਹੀਂ ਖਾਂਦੇ ਸੋਸ਼ਲ ਮੀਡੀਆ ਤੇ ਸਖ਼ਤ ਆਲੋਚਨਾ ਦੇ ਬਾਅਦ ਟੋਰਾਂਟੋ ਸਟਾਰ ਨੇ ਇਸ ਕਥਿਤ ਕਮੈਂਟ ਨੂੰ ਹਟਾ ਲਿਆ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਇਸ ਕਮੈਂਟ ਨੂੰ ਸਿੱਖਾਂ ਤੇ ਨਸਲੀ ਟਿੱਪਣੀ ਮੰਨ ਕੇ ਵਾਰ ਵਾਰ ਦੁਬਾਰਾ ਉਸਨੂੰ ਰੀਟਵੀਟ ਕੀਤਾ ਗਿਆ ਦੱਸ ਦਈਏ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਕਮਿਊਨਿਟੀ ਮੌਜੂਦ ਹੈ ਤੇ ਚੋਣਾਂ ਵਿੱਚ ਵੀ ਵੱਡੀ ਭੂਮਿਕਾ ਅਦਾ ਕਰਦੀ ਹੈ ਸਰਵੇ ਵਿੱਚ ਜਗਮੀਤ ਤੇ ਉਹਨਾਂ ਦੀ ਪਾਰਟੀ ਤੀਜੇ ਨੰਬਰ ਤੇ ਹੈ ਕੈਨੇਡੀਅਨ ਚੋਣਾਂ ਵਿੱਚ ਪਹਿਲਾਂ ਵੀ ਅਜਿਹੇ ਉਲਟ ਫੇਰ ਹੋਏ ਨੇ ਕਿ ਸਰਵੇਖਣ ਵਿੱਚ ਤੀਜੇ ਨੰਬਰ ਦੀ ਪਾਰਟੀ ਐਨ ਮੌਕੇ ਬਾਜ਼ੀ ਮਾਰ ਜਾਂਦੀ ਹੈ ਜੇ ਸਿੱਖਾਂ ਨੇ ਇਸ ਟਿੱਪਣੀ ਨੂੰ ਦਿਮਾਗ ਤੇ ਲੈ ਲਿਆ ਤਾਂ ਇਹ ਲਿਬਰਲ ਪਾਰਟੀ ਲਈ ਪੈਰ ਤੇ ਕੁਹਾੜਾ ਮਾਰਨ ਵਰਗਾ ਸਿੱਧ ਹੋ ਸਕਦਾ ਹੈ ਕਿਉਂਕਿ ਟਰੂਡੋ ਸਰਕਾਰ ਵਿੱਚ ਰੱਖਿਆ ਮੰਤਰੀ ਸੱਜਣ ਸਿੰਘ ਸਮੇਤ ਬਹੁਤ ਸਾਰੇ ਪੰਜਾਬੀ ਆਗੂ ਮੌਜੂਦ ਨੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੂੰ ਸੁਪਰੀਮ ਕੋਰਟ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਅੰਤਰਿਮ ਰਾਹਤ ਮਿਲ ਗਈ ਹੈ INX ਮੀਡੀਆ ਘੋਟਾਲੇ ਵਿੱਚ ਸੁਪਰੀਮ ਕੋਰਟ ਨੇ ਚਿਦੰਬਰਮ ਨੂੰ ED ਵੱਲੋਂ ਗ੍ਰਿਫਤਾਰੀ ਕੀਤੇ ਜਾਣ ਤੇ ਰੋਕ ਲਗਾ ਦਿੱਤੀ ਹੈ ਹਾਲਾਂਕਿ ਸਰਵਉੱਚ ਅਦਾਲਤ ਨੇ CBI ਵੱਲੋਂ ਚਿਦੰਬਰਮ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਮਾਮਲੇ ਵਿੱਚ ਦਖਲ ਨਹੀਂ ਦਿੱਤਾ ਉਹ ਹੁਣ 26 ਅਗਸਤ ਤੱਕ CBI ਦੀ ਰਿਮਾਂਡ ਵਿੱਚ ਰਹਿਣਗੇ ਜਸਟਿਸ ਆਰ ਬਾਨੂਮਤੀ ਤੇ AS ਬੋਪੰਨਾ ਦੀ ਬੈਂਚ ਹੁਣ ਦੋਵਾਂ ਮਾਮਲਿਆਂ ਦੀ ਸੁਣਵਾਈ 26 ਅਗਸਤ ਨੂੰ ਕਰੇਗੀ ਜ਼ਿਕਰਯੋਗ ਹੈ ਕਿ 21 ਅਗਸਤ ਨੂੰ CBI ਨੇ ਪੀ ਚਿਦੰਬਰਮ ਨੂੰ ਉਹਨਾਂ ਦੇ ਘਰੋਂ ਗ੍ਰਿਫਤਾਰ ਕਰ ਲਿਆ ਸੀ ਤੇ ਬੀਤੇ ਦਿਨ ਅਦਾਲਤ ਨੇ ਜਾਂਚ ਏਜੰਸੀ ਨੂੰ ਚਿਦੰਬਰਮ ਦਾ 5 ਦਿਨ ਦਾ ਰਿਮਾਂਡ ਵੀ ਦੇ ਦਿੱਤਾ ਸੀ ਚਿਦੰਬਰਮ ਨੇ ਸੁਪਰੀਮ ਕੋਰਟ ਤੋਂ ਰਾਹਤ ਲੈਣ ਲਈ ਪਟੀਸ਼ਨ ਦਾਇਰ ਕੀਤੀ ਸੀ ਪਰ ਅਦਾਲਤ ਨੇ ਜਲਦੀ ਨਾ ਸੁਣਵਾਈ ਕਰਦਿਆਂ ਅੱਜ ਉਹਨਾਂ ਦੀ ਅਰਜ਼ੀ ਤੇ ਫੈਸਲਾ ਸੁਣਾਇਆ ਏ ਹੁਣ ਚਿਦੰਬਰਮ ਬਾਰੇ ਅਗਲੀ ਸੁਣਵਾਈ 26 ਅਗਸਤ ਨੂੰ ਹੋਵੇਗੀ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਜਲੰਧਰ ਤੇ ਲੁਧਿਆਣਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹਰਸਿਮਰਤ ਕੌਰ ਬਾਦਲ ਨੇ ਸੂਬੇ ਵਿੱਚ ਆਏ ਹੜ੍ਹਾਂ ਲਈ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਰਿਆਵਾਂ ਤੇ ਬਣਾਏ ਡੈਮ ਮਜ਼ਬੂਤ ਕਰਨ ਤੇ ਡਰੇਨਾਂ ਦੀ ਸਫਾਈ ਲਈ ਕਰੋੜਾਂ ਰੁਪਏ ਦਿੱਤੇ ਜਾਂਦੇ ਨੇ ਪਰ ਸੂਬਾ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਹਰਸਿਮਰਤ ਨੇ ਕਿਹਾ ਕਿ ਬਾਦਲ ਸਰਕਾਰ ਮੀਂਹ ਤੋਂ ਪਹਿਲਾਂ ਹੀ ਪੂਰੀ ਤਿਆਰੀ ਰੱਖਦੀ ਸੀ ਜਿਸ ਕਾਰਨ ਹੜ੍ਹ ਨਹੀਂ ਆਇਆ पशुओं का भी नुकसान हुआ सीधा और सीधे तौर से मैं कह सकती हूँ कि जे सरकार ने अपना फर्ज अच्छे से अदा किया होता क्योंकि हमारे समय 10 साल हम भी इधर रहे कुदरत की कहर को कोई रोक नहीं सकता लेकिन सरकारों का काम होता है कि आप वहाँ पे मौजूद हो मैं आज भी पूछती हूँ कौन सी इमरजेंसी मीटिंग करी है मुख्यमंत्री साहब ने कल जब पता लगा सुखबीर जी आ रहे मैं आ रही हूँ तो हवाई जहाज में हेलीकॉप्टर में हवाई सर्वे करके अपने चार चहेतों के साथ फोटो निकाल के कौन सी इमरजेंसी की मीटिंग कराई है कोई नंबर तक भी जारी किया जहां कोई पीड़ित फोन करके अपनी तकलीफ बता सके सो एक की तरफ से कुछ एक देखिए केंद्र सरकार अपना काम करेगी लेकिन केंद्र सरकार तक कोई पहुंच करे आज मैं यहां पे आई हूं मुझे किसी ने कहने की किसी ने परसों चिट्ठी लिखी है मैं पूछना चाहती हूँ कि केंद्र सरकार का जो NDRF हर एक सूबे को मिलता है
पौने 500 करोड़ आपके पास पड़े हुए हैं केंद्र के, वो कहाँ पे आपने जारी किए हैं वो तो बताइए, और मांग रहे हैं लेकिन जो है उसको कहाँ आपने दिया है, वो क्यों नहीं दे रहे लोगों को? आज मैं यहाँ पे पहुंची हूँ, मुझे किसी को कहने की जरूरत नहीं पड़ी थी। मैं पूछना चाहती हूँ कि चिट्ठी लिख के इतना बड़ा कहर यहाँ पे है, इतनी बड़ा नुकसान हुआ है, आप सिर्फ कल एक चिट्ठी जारी कर रहे हैं? वैसे तो जब निजी कोई आपको काम होता है, अपने केस ठंडे बस्ते में डलवाने हैं या अपने मित्रों को वीजा डलवाने, तो उधर जाके बैठ जाते हैं। अब जब लोगों को जरूरत है तो ना लोगों के बीच में नजर आ रहे हैं, ना लोगों के मुद्दे लेके वहां पहुंच रहे हैं। लेकिन चलिए, जो मैं यही कहूंगी कि इस मुश्किल के समय में मैं पंजाब के लोगों को अपील करती हूँ, अपने पार्टी के हर एक वर्कर को अपील करती हूँ कि जिन बेचारों के आमदन का साधन उनकी फसल उजड़ गई, उनके घर बार से भी वो रह गए, उनके पशु भी चले गए, सोचिए कि उनका भविष्य कैसे का लग रहा है। और अपनी तरफ से जो भी आप मदद कर सकते हैं, छोटा मोटा योगदान जितना पा सकते हैं, आज जरूरत है कि हर एक पंजाब का वासी अपने भाई बहनों की मदद के लिए आगे आए। मैं तो यही अपील करूंगी। आम आदमी पार्टी के पंजाब प्रधान ते लोक सभा विच इकलौते सांसद भगवंत मान खिलाफ अपने ही हलके तो बगावती सुरां उठ रही ने। संगरूर तो प्रधान दिनेश बांसल ने अपने ट्विटर अकाउंट तो आप सुप्रीमो ते दिल्ली के मुख्यमंत्री अरविंद केजरीवाल नू ट्वीट करके भगवंत मान नू पंजाब दे पार्टी प्रधान दे अहुदे तो हटाने की मांग की है। इस विच बांसल ने दलील दी है कि भगवंत मान नू हटाने नाल पंजाब विच पार्टी नू हो रहे नुकसान तो बचाया जा सकता है। दिनेश बांसल ने कहा है कि पिछले 1.5 साल तो भगवंत मान का पार्टी के किसी वर्कर नाल कोई संपर्क नहीं, पार्टी दियां किसी भी तरह दियां गतिविधियां विच वर्करां नू शामिल नहीं करवाया जांदा। इस नाल ही उन्होंने कहा कि उन्होंने संगरूर हलके विच कीते जाण वाले प्रोग्रामां बारे भी नहीं दस्या जांदा। इत्थों तक कि संसद मैंबर भगवंत मान पार्टी के नवे वर्करां ते नेतावां दा फोन भी नहीं चुकते। बांसल ने मान ते गंभीर इल्जाम लगाया कि भगवंत मान दे दुराचार कारण पंजाब विच पार्टी खत्म होने की कगार ते है। उन्होंने कहा कि जे उन्हां दी सुनवाई नहीं हुंदी तां आने वाले दिनों विच विचार किया जाएगा कि पार्टी नूं मजबूत करने वाले वर्करां ने की करना है। उधर आम आदमी पार्टी के जिला संगरूर के प्रधान राजवंत सिंह कुली ने विधानसभा हलका संगरूर के प्रधान के इस ट्वीट तो बाद सख्त कदम चुकदिया तुरंत प्रभाव नाल दिनेश बांसल नूं कारण दसो नोटिस जारी किया है। कुली ने दसिया कि इस तो इलावा दिनेश बांसल नूं पार्टी अनुशासन की उलंघना लई कारण दसो नोटिस जारी करके 3 दिनों के अंदर जवाब देने लई कहा गया है। ਬੁੱਢੇ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਜ਼ਿਆਦਾ ਹੋਣ ਨਾਲ ਲੋਕਾਂ ਦੀਆਂ ਧੜਕਣਾਂ ਵੀ ਤੇਜ਼ ਹੋ ਰਹੀਆਂ ਨੇ ਤੇ ਕਈ ਵਾਰ ਇਲਾਕਿਆਂ ਵਿੱਚ ਦਰਿਆ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਵੜਿਆ ਹੈ। ਲੋਕਾਂ ਨੇ ਇਸ ਦੇ ਵਿਰੋਧ ਵਿੱਚ ਥਾਂ ਥਾਂ ਪ੍ਰਦਰਸ਼ਨ ਵੀ ਕੀਤੇ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਨੇ ਸ਼ਿਵਪੁਰੀ ਵਿੱਚ ਬੁੱਢੇ ਦਰਿਆ ਕੋਲ ਅਨੋਖਾ ਪ੍ਰਦਰਸ਼ਨ ਕੀਤਾ। ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ। ਯੂਥ ਅਕਾਲੀ ਦਲ ਦੇ ਵਰਕਰਾਂ ਨੇ ਗਲੀਆਂ ਤੇ ਬਾਜ਼ਾਰਾਂ ਵਿੱਚ ਜਮ੍ਹਾਂ ਗੰਦੇ ਪਾਣੀ ਨੂੰ ਬਾਲਟੀ ਤੇ ਡਰੰਮਾਂ ਵਿੱਚ ਭਰਿਆ। ਇਸ ਤੋਂ ਬਾਅਦ ਬਾਲਟੀ ਤੇ ਡਰੰਮਾਂ ਵਿੱਚ ਭਰੇ ਗੰਦੇ ਪਾਣੀ ਨੂੰ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਅੱਗੇ ਸੁੱਟ ਦਿੱਤਾ। ਇਸ ਦੌਰਾਨ ਰਾਕੇਸ਼ ਪਾਂਡੇ ਦਫ਼ਤਰ ਅੰਦਰ ਹੀ ਬੈਠੇ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਾਰ ਵਾਰ ਬੁਲਾਉਣ ਦੇ ਬਾਵਜੂਦ ਉਹ ਦਫ਼ਤਰ ਤੋਂ ਬਾਹਰ ਨਹੀਂ ਨਿਕਲੇ। ਅੱਜ ਅਸੀਂ ਸਰਕਾਰ ਨੂੰ ਜਗਾਉਣ ਵਾਸਤੇ, ਇੱਥੇ ਦੇ MLA ਨੂੰ ਜਗਾਉਣ ਵਾਸਤੇ ਸ਼ਿਵਪੁਰੀ 'ਚ ਜਿਹੜਾ 6 ਦਿਨ ਤੋਂ ਗੰਦਾ ਪਾਣੀ, ਕਾਲਾ ਪਾਣੀ, ਬਿਮਾਰੀ ਵਾਲਾ ਪਾਣੀ ਜਿਹੜਾ ਬੁੱਢੇ ਨਾਲ ਦਾ ਖੜਾ, ਜਿਹੜਾ ਸੀਵਰੇਜ ਤੋਂ ਬੈਕ ਮਾਰ ਗਿਆ, ਉਹ ਕੱਢਣ ਲਈ ਆਏ ਹਾਂ। ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਆ, ਜਿੱਦਾਂ ਚਿੜੀ ਅੱਗ ਬੁਝਾਉਣ ਵਾਸਤੇ ਛੋਟੀ ਜਿਹੀ ਕੋਸ਼ਿਸ਼ ਕਰੀ, ਕੋਸ਼ਿਸ਼ ਕੀਤੀ ਆ, ਪਰ MLA ਇੱਥੇ ਆਏ, ਗਾਲਾ ਕੱਢ ਕੇ ਲੋਕਾਂ ਨੂੰ ਚਲੇ ਗਏ। ਅੱਜ ਮੁਹੱਲਾ ਨਿਵਾਸੀ ਬਿਮਾਰ ਵੀ ਆ, ਪਰੇਸ਼ਾਨ ਵੀ ਆ। ਜੇ ਉਹਨਾਂ ਦੀ ਪਰੇਸ਼ਾਨੀ ਅਸੀਂ ਦੂਰ ਨਹੀਂ ਕਰਾਂਗੇ, ਆਣਗੇ ਮੁਆਇਨਾ ਕਰਕੇ ਚਲੇ ਜਾਂਦੇ। ਅਸੀਂ ਮੁਆਇਨਾ ਨਹੀਂ ਕਰਨਾ ਹੈ, ਅਸੀਂ ਕੰਮ ਕਰਨਾ ਹੈ। ਅਸੀਂ ਕੰਮ ਕਰਕੇ ਯੂਥ ਅਕਾਲੀ ਦਲ ਦੀ ਪੂਰੀ ਟੀਮ ਮੁਹੱਲਾ ਨਿਵਾਸੀਆਂ ਨਾਲ ਪਾਣੀ ਕੱਢ ਕੇ ਇਹ ਗਿਫਟ ਕਰਕੇ ਜਾਊਗੀ MLA ਪਾਂਡੇ ਨੂੰ ਗਿਫਟ। ਇਹ ਪਾਂਡੇ ਸਾਹਿਬ ਨੂੰ ਗਿਫਟ ਕਰਾਂਗੇ ਜਿਹੜੇ ਗਾਲਾ ਕੱਢ ਕੇ, ਜਿਹਨਾਂ ਦਾ ਫਰਜ਼ ਬਣਦਾ, ਜਿਹੜੇ 30 ਸਾਲ ਤੋਂ ਕਹਿੰਦੇ ਵੀ ਮੇਰੇ ਕੋਲ ਇਹ ਕੰਮ ਲੈ, ਇੱਦਾਂ ਨਹੀਂ ਹੋ ਸਕਦਾ, ਫਿਰ 30 ਸਾਲ 'ਚ ਨਹੀਂ ਹੋ ਸਕਦਾ, ਫਿਰ 100 ਸਾਲ ਤੱਕ ਦੇਣ ਹੋਰ। ਮੈਨੂੰ ਹੈਰਾਨੀ ਆ, 6 ਵਾਰੀ MLA ਬਣ ਚੁੱਕੇ, ਜੇ ਹੁਣ ਹੀ ਨਹੀਂ ਕੰਮ ਕਰ ਸਕੇ ਫਿਰ ਅਸਤੀਫਾ ਦੇ ਕੇ ਆਪ ਹੀ ਤਾਂ ਧਰਨੇ ਲਾਈ ਜਾਂਦੇ ਆ। ਇਹਦਾ ਮਤਲਬ ਇਹਨਾਂ ਦਾ ਕੰਮ ਹੋ ਹੀ ਨਹੀਂ ਸਕਦਾ, ਫਿਰ ਧਰਨੇ ਕਿਉਂ ਲਾਇਆ, ਘਰ ਬਹਿ ਜਾਓ। ਮੈਂ ਕੱਲ ਮੁਹੱਲਿਆਂ ਵਿੱਚ ਫਿਰਿਆ ਜੀ, ਮੁਹੱਲੇ ਵਾਲਿਆਂ ਨੂੰ ਵੀ ਮਿਲ ਕੇ ਆਇਆ, ਸਾਰਿਆਂ ਨੂੰ ਮਿਲ ਕੇ ਆਇਆ ਸੀ। ਜੋ ਇੰਤਜ਼ਾਮ ਕਰ ਸਕਦੇ ਸੀ ਉਹ ਸਾਰਾ ਇੰਤਜ਼ਾਮ ਕੀਤਾ ਹੋਇਆ ਵਾ। ਸਰਕਾਰ ਦੀ ਤਰਫ ਤੋਂ ਵੀ ਕੋਈ ਕਮੀ ਨਹੀਂ ਹੈਗੀ, ਅਸੀਂ ਸਾਰੇ ਲੱਗੇ ਹਾਂ। ਕਾਰਪੋਰੇਸ਼ਨ ਦੀ ਤਰਫ ਤੋਂ ਵੀ ਸਾਰੇ ਆਫਿਸਰ ਸਮਾਨ ਸਾਰੇ ਇੱਕ ਪੈਰ 'ਤੇ ਖੜ ਕੇ ਲੱਗੇ ਹੋਏ ਆ, ਨਾ ਰਾਤ ਦੇਖੇ ਨਾ ਦਿਨ ਦੇਖੇ। ਤੁਸੀਂ ਆਪ ਹੀ ਉੱਥੇ ਨੋਟਿਸ ਵਿੱਚ ਤੁਹਾਡੇ ਸਾਰੇ ਨਹੀਂ ਆਏ ਹੋਗਾ, ਕਿਉਂਕਿ ਮੌਕੇ ਤੁਸੀਂ ਵੀ ਦੇਖ ਰਹੇ ਹੋ ਹਰ ਜਗ੍ਹਾ ਦੇ ਉੱਤੇ। ਕੁਦਰਤੀ ਆਫਤ ਦੇ ਉੱਤੇ ਕਿਸੇ ਦਾ ਵੀ ਕੋਈ ਜ਼ੋਰ ਨਹੀਂ ਰਹਿੰਦਾ, ਪਾਰਟੀ ਚਾਹੇ ਕੋਈ ਵੀ ਹੋਵੇ, ਬਲਕਿ ਇਸ ਕੁਦਰਤੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਤਾਂ ਸਾਨੂੰ ਆਪਸ ਵਿੱਚ ਸਲਾਹ ਕਰਨੀ ਚਾਹੀਦੀ ਹੈ, ਅਸੀਂ ਕਿਸ ਤਰ੍ਹਾਂ ਇਸਦਾ ਪ੍ਰੋਪਰ ਤਰੀਕਾ ਲੱਭੀਏ ਵੀ ਲੋਕਾਂ ਨੂੰ ਘੱਟ ਤੋਂ ਘੱਟ ਤਕਲੀਫ ਹੋਵੇ, ਬਜਾਏ ਉਸ ਦੇ ਕਿ ਅਸੀਂ ਲੋਕਾਂ ਦੀ ਤਕਲੀਫ ਨੂੰ ਵਧਾਉਣ ਲੱਗੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਕਰਕੇ, ਸਿਰਫ ਆਪਣੀ ਫੋਟੋ ਖਿਚਾਉਣ ਵਾਸਤੇ।
ਲੁਧਿਆਣਾ ਵਿੱਚੋਂ ਲੰਘਦੇ 14 ਕਿਲੋਮੀਟਰ ਲੰਬੇ ਬੁੱਢੇ ਨਾਲੇ ਦੀ ਸਮੱਸਿਆ ਦਾ ਸਥਾਈ ਹੱਲ ਕਢਵਾਉਣ ਲਈ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕਰਕੇ ਕੇਂਦਰ ਸਰਕਾਰ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਬਿੱਟੂ ਨੇ ਦੱਸਿਆ ਕਿ ਬੁੱਢੇ ਨਾਲੇ ਦੀ ਮੁਕੰਮਲ ਸਫਾਈ ਕਰਾਉਣਾ ਉਹਨਾਂ ਦਾ ਸੁਪਨਾ ਹੈ, ਜਿਸ ਸੰਬੰਧੀ ਉਹਨਾਂ ਨੇ ਲੋਕਾਂ ਨਾਲ ਚੋਣ ਵਾਅਦਾ ਵੀ ਕੀਤਾ ਹੈ। ਉਹਨਾਂ ਕਿਹਾ ਕਿ ਬੁੱਢਾ ਨਾਲਾ ਜੋ ਕਿ ਕਿਸੇ ਸਮੇਂ ਸਤਲੁਜ ਦਰਿਆ ਦਾ ਹੀ ਹਿੱਸਾ ਹੁੰਦਾ ਸੀ, ਇਸ ਵਿੱਚ 50 ਤੋਂ ਵਧੇਰੇ ਕਿਸਮਾਂ ਦੇ ਜਲ ਜੀਵ ਜੰਤੂ ਪਾਏ ਜਾਂਦੇ ਸਨ, ਪਰ ਮਾੜੀ ਕਿਸਮਤ ਨਾਲ ਸਮੇਂ ਦੇ ਪਰਵਾਹ ਨਾਲ ਇਸ ਦੀ ਇਹ ਸ਼ਾਨ ਖਤਮ ਹੋ ਗਈ ਹੈ। ਉਹਨਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨੂੰ ਬੁੱਢੇ ਨਾਲੇ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਹੈ ਕਿ ਕਿਸ ਤਰ੍ਹਾਂ ਇਸ ਨਾਲੇ ਦੇ ਗੰਦੇ ਪਾਣੀ ਨਾਲ ਸ਼ਹਿਰ ਵਿੱਚ ਬਿਮਾਰੀਆਂ ਤੇ ਮੁਸ਼ਕਲਾਂ ਦਾ ਪਸਾਰ ਹੋ ਰਿਹਾ ਹੈ। ਉਹਨਾਂ ਕੇਂਦਰੀ ਮੰਤਰੀ ਨੂੰ ਸਤਲੁਜ ਦਰਿਆ ਵਿੱਚ ਪੈਂਦੇ ਤੁਸੀ ਬੰਬ ਦੇ ਟੁੱਟਣ ਕਾਰਨ ਪੈਦਾ ਹੋਈ ਸਥਿਤੀ ਤੋਂ ਵੀ ਜਾਣੂ ਕਰਵਾਇਆ। ਜਿੱਥੇ ਪੰਜਾਬ ਵਿੱਚ ਹੜ੍ਹਾਂ ਕਾਰਨ ਬਰਬਾਦੀ ਦਾ ਆਲਮ ਹੈ, ਉੱਥੇ ਹੀ ਬਰਨਾਲਾ ਦੀਆਂ ਦੋ ਨਹਿਰਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਨੇ। ਟੱਲੇਵਾਲ ਪਿੰਡ ਤੋਂ ਗੁਜ਼ਰਦੀ ਨਹਿਰ ਤੇ ਦੂਜੀ ਹਰੀਗੜ੍ਹ ਪਿੰਡ ਤੋਂ ਗੁਜ਼ਰਦੀ ਨਹਿਰ ਕਈ ਦਿਨਾਂ ਤੋਂ ਸੁੱਕੀਆਂ ਪਈਆਂ ਨੇ। ਜੇਕਰ ਇਹਨਾਂ ਨਹਿਰਾਂ ਦਾ ਲਿੰਕ ਵੇਖਿਆ ਜਾਵੇ ਤਾਂ ਇਹ ਰੋਪੜ ਤੇ ਪਟਿਆਲਾ ਸਾਈਡ ਤੋਂ ਹੋ ਕੇ ਗੁਜ਼ਰਦੀਆਂ ਨੇ, ਪਰ ਇਹਨਾਂ ਨਹਿਰਾਂ ਨੂੰ ਸੁੱਕਾ ਰੱਖਣਾ ਕਈ ਸਵਾਲ ਖੜ੍ਹੇ ਕਰਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਨਹਿਰਾਂ ਪਿਛਲੇ ਇੱਕ ਹਫ਼ਤੇ ਤੋਂ ਬੰਦ ਪਈਆਂ ਹੋਈਆਂ ਨੇ। ਜਦੋਂ ਇਸ ਸੰਬੰਧੀ SDM ਬਰਨਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸੰਬੰਧਿਤ ਵਿਭਾਗ ਦਾ ਤਰਕ ਹੈ ਕਿ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ, ਇਸ ਕਰਕੇ ਨਹਿਰਾਂ ਵਿੱਚ ਪਾਣੀ ਨਹੀਂ ਛੱਡਿਆ ਗਿਆ। ਇਹ ਬਠਿੰਡਾ ਬ੍ਰਾਂਚ ਵੱਜਦੀ ਹੈ ਜੀ, ਟੱਲੇਵਾਲ ਪਿੰਡ ਖੜ੍ਹੇ ਆਪਾਂ ਤੇ ਰੋਪੜ ਤੋਂ ਆਉਂਦੀ ਹੈ ਜੀ। ਗਾਹਾਂ ਇਹ ਵੀ ਜਿਹਨੇ ਨਹਿਰ ਕਿੰਨੇ ਦਿਨਾਂ ਤੋਂ ਖਾਲੀ ਪਈ ਹੈ? ਇਹ ਹਫ਼ਤਾ ਹੋ ਗਿਆ ਜੀ ਖਾਲੀ ਪਈ। ਟਰਨਰ ਕਿੰਨੇ ਦਿਨ? ਇਹ ਸਭ ਸਰਕਾਰ ਦੀ ਚਾਲ ਆ ਜੀ, ਇਹ SBIL ਦਾ ਪਾਣੀ ਹਰਿਆਣੇ ਨੂੰ ਦੇਣਾ ਚਾਹੁੰਦੀ ਆ, ਉਹਦੀ ਸਭ ਚਾਲ ਆ। ਇੱਧਰ ਪਾਣੀ ਜਾਣ ਬੁੱਝ ਕੇ ਰੋਕਿਆ ਵਾ। ਉਹ ਆਹ ਬਠਿੰਡਾ ਬੱਧਨੀ ਬ੍ਰਾਂਚ ਇਹ ਵੀ ਬੰਦ ਪਈ ਆ, ਹਰੀਕੇ ਉਹ ਵੀ ਬੰਦ ਪਈ ਆ, ਤਿੰਨੇ ਨਹਿਰਾਂ ਬੰਦ ਪਈਆਂ ਜੀ। ਜੇ ਪਾਣੀ ਇੱਧਰ ਤਿੰਨੇ ਨਹਿਰਾਂ ਸੜਦੇ ਉੱਧਰ ਰਾਹਤ ਮਿਲਦੀ ਜੀ, ਕੋਈ ਪਾਣੀ ਘੱਟਦਾ ਇੱਧਰ ਆਉਂਦਾ। ਹੁਣ ਜਿਹੜੀ ਇਹ ਰੋਪੜ ਬ੍ਰਾਂਚ ਹੈ ਇਹ ਗਾਂਹ ਬਠਿੰਡੇ ਆਉਂਦੀ ਹੈ ਜੀ, ਬਠਿੰਡੇ ਲੋਕ ਪਾਣੀ ਪੀਂਦੇ ਵੀ ਆ ਇਹ। ਜੇ ਕੁਛ ਪਾਣੀ ਇੱਧਰ ਛੱਡਦੇ ਉੱਧਰ ਰਾਹਤ ਮਿਲਦੀ ਜੀ, ਪਾਣੀ ਨੂੰ ਪਾਣੀ ਘੱਟਦਾ। ਇਹ ਸਭ ਚਾਲ ਆ ਜੀ ਇੱਕ ਬੰਦ ਕਰਨ ਦੀ। ਇਹਦੇ ਵਾਲੇ ਮੈਂ ਜੋ ਕੰਸਰਨਡ SDO ਹੈ ਉਹਦੇ ਨਾਲ ਗੱਲਬਾਤ ਕੀਤੀ ਹੈ, ਉਹਨੇ ਕਿਹਾ ਵੀ ਜੇ ਬਾਰਿਸ਼ ਹੋ ਰਹੀ ਹੈ ਆਪਣੇ ਵਧੀਆ ਬਾਰਿਸ਼ ਹੋ ਰਹੀ ਹੈ ਤਾਂ ਟੇਲ ਐਂਡ 'ਤੇ ਡਿਮਾਂਡ ਨਹੀਂ ਹੈ। ਜੇ ਟੇਲ ਐਂਡ 'ਤੇ ਡਿਮਾਂਡ ਨਹੀਂ ਹੈ ਤਾਂ ਆਪਾਂ ਨੂੰ ਫਿਰ ਉਹਦੇ ਵਿੱਚ ਜ਼ਿਆਦਾ ਪਾਣੀ ਪਿੱਛੋਂ ਤੋਂ ਮੰਗਾਉਣ ਦੀ ਲੋੜ ਨਹੀਂ ਹੈ, ਕਿਉਂਕਿ ਅੱਗੇ ਲੋੜ ਨਹੀਂ ਹੈ ਅਤੇ ਫਿਰ ਨਹੀਂ ਤਾਂ ਫਿਰ ਫਲੱਡਿੰਗ ਦੀ ਸਿਚੁਏਸ਼ਨ ਟੇਲ ਐਂਡ 'ਤੇ ਪੈਦਾ ਹੋ ਸਕਦੀ ਹੈ। ਅਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ, ਬਾਕੀ ਦੀਆਂ ਖ਼ਬਰਾਂ ਇਸ ਬ੍ਰੇਕ ਤੋਂ ਬਾਅਦ। Come together to advance equity and equality on 550th birth anniversary of Guru Nanak Dev Ji. Saturday, August 31st, 2019 at National Mall, Washington, D.C. The following activities will take place as a part of celebrations. Shabad Kirtan, Langar, Scholars and Gurmat Speeches. Call us 1-800-577-4510. ਬਾਰ TV84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਦਿਆਂ ਅਗਲੀ ਖਬਰ ਵੱਲ। ਫਿਰੋਜ਼ਪੁਰ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਸਤਲੁਜ ਦਾ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ, ਜੋ ਕਿ ਵੱਖ ਵੱਖ ਪਿੰਡਾਂ ਵਿੱਚ ਦਾਖਲ ਹੋ ਰਿਹਾ ਹੈ। ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਢਾਣੀ ਸੰਘਾ ਸਿੰਘ ਦੇ ਖੇਤਾਂ ਵਿੱਚ ਸਤਲੁਜ ਦੇ ਆਏ ਪਾਣੀ ਨੇ ਪਿੰਡ ਦੇ 800 ਏਕੜ ਰਕਬੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਕੁੱਲ 2000 ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਘਰਾਂ ਵਿੱਚ ਪਾਣੀ ਦਾਖਲ ਹੋਣ ਕਾਰਨ ਪਿੰਡ ਵਾਸੀਆਂ ਨੇ ਬਚਾਅ ਲਈ ਆਪੋ ਆਪਣੇ ਘਰਾਂ ਦਾ ਜ਼ਰੂਰੀ ਸਮਾਨ ਸੰਭਾਲਣਾ ਸ਼ੁਰੂ ਕਰ ਦਿੱਤਾ ਏ। ਉਧਰ ਪ੍ਰਸ਼ਾਸਨ ਦੀਆਂ ਟੀਮਾਂ ਪਿੰਡਾਂ ਦੇ ਹਾਲਾਤ ਜਾਣਨ ਲਈ ਵਿਸ਼ੇਸ਼ ਤੌਰ ਤੇ ਪਹੁੰਚ ਰਹੀਆਂ ਨੇ, ਜਿਨ੍ਹਾਂ ਵੱਲੋਂ ਰਾਹਤ ਵੀ ਦਿੱਤੀ ਜਾ ਰਹੀ ਹੈ। ਤੁਸੀਂ ਠੀਕ ਕਹਿ ਰਹੇ ਹੋ ਕਿ ਪਾਣੀ ਦਾ ਬਹਾਵ ਹਜੇ ਬਿਲਕੁਲ ਉਸੇ ਸਪੀਡ ਨਾਲ ਚੱਲ ਰਿਹਾ ਹੈਗਾ। ਅਸੀਂ ਇਸ ਵੇਲੇ ਖੜ੍ਹੇ ਹੈਗੇ ਹਾਂ ਜ਼ੀਰਾ ਬਲੋਕ ਦੇ ਮਨੂ ਮਾਛੀਆ ਪਿੰਡ ਤੋਂ ਥੋੜ੍ਹਾ ਜਿਹਾ ਦੂਰ। ਸਾਡੇ ਜ਼ੀਰਾ ਬਲੋਕ ਦੇ ਵਿੱਚ ਸਿਰਫ ਦੋ ਪਿੰਡ ਹੈਗੇ, ਤਿੰਨ ਪਿੰਡ ਹੈਗੇ ਨੇ ਜਿਹੜੇ ਕਿ ਪਾਣੀ ਦੇ ਵਿੱਚ ਹੈਗੇ ਇਸ ਵੇਲੇ, ਮਨੂ ਮਾਛੀਆ, ਜਮਾਲੀਵਾਲ ਅਤੇ ਗੱਟਾ ਦਲੇਰ। ਇਹਦੇ ਵਿੱਚ ਤਕਰੀਬਨ 400 ਘਰ ਹੈਗੇ ਨੇ ਜਿਹੜੇ ਪਾਣੀ ਦੇ ਵਿੱਚ ਫਸੇ ਹੋਏ ਨੇ, ਪਰ ਉਹ ਆਉਣਾ ਵੀ ਨਹੀਂ ਚਾਹੁੰਦੇ ਕਿਉਂਕਿ ਉਹ ਆਪਣੇ ਨੂੰ ਸੇਫ ਫੀਲ ਕਰ ਰਹੇ ਹਾਂ। ਅਸੀਂ ਉਹਨਾਂ ਨੂੰ ਬੜੀ ਵਾਰੀ ਕਿਹਾ ਕਿ ਸਾਡੀ ਬੋਟਸ ਆ ਗਈਆਂ ਆਰਮੀ ਦੀਆਂ, ਤੁਸੀਂ ਬਾਹਰ ਆ ਜਾਓ। ਕਹਿੰਦੇ ਨੇ ਸਾਨੂੰ ਉੱਥੇ ਹੀ ਰਾਸ਼ਨ ਦੇਈ ਚੱਲੋ, ਅਸੀਂ ਬਾਹਰ ਨਹੀਂ ਆਉਣਾ ਚਾਹੁੰਦੇ। ਅਸੀਂ ਕਾਫੀ ਉਹਨਾਂ ਨੂੰ ਰਿਕੁਐਸਟ 2-3 ਦਿਨ ਤੋਂ ਕਰ ਰਹੇ, ਪਰ ਉਹ ਬਿਲਕੁਲ ਜਿਹਨੂੰ ਕਹਿੰਦੇ ਨੇ ਆਪਣਾ ਘਰ ਛੱਡ ਕੇ ਨਹੀਂ ਆਉਣਾ ਚਾਹੁੰਦੇ। ਸਰ ਜਿਸ ਤਰ੍ਹਾਂ ਇਹ ਪਾਣੀ ਦਾ ਪ੍ਰੈਸ਼ਰ ਚੱਲ ਹੀ ਰਿਹਾ, ਉੱਥੋਂ ਬੰਦ ਤਾਂ ਜੇ ਰਿਪੇਅਰ ਹੋ ਨਹੀਂ ਸਕਦਾ, ਕਿਸ ਤਰ੍ਹਾਂ ਪੋਸੀਬਿਲਟੀ? ਪਾਣੀ ਤਾਂ ਵੱਧਦਾ ਜਾ ਰਿਹਾ ਇੱਧਰ। ਨਹੀਂ ਹੁਣ ਪਾਣੀ ਪਿੱਛੋਂ ਬੰਦ ਕਰਤਾ, ਪਾਣੀ ਠੀਕ ਰਹੇਗਾ।
ਅਸੀਂ ਉਹਨਾਂ 400 ਘਰਾਂ ਨੂੰ ਸਾਰਾ ਖਾਣਾ ਪੀਣਾ ਰਾਸ਼ਨ ਦਵਾਈਆਂ ਔਰ ਚਾਰਾ ਪਹੁੰਚਾ ਰਹੇ ਹਾਂ। ਮੇਰੇ ਨਾਲ ਸਾਰਾ ਪਿੰਡ ਹੈਗਾ, ਮੈਂ ਇਹਨਾਂ ਨੂੰ ਆਉਂਦੇ ਪੁੱਛਿਆ, ਮੈਂ ਕਿਹਾ ਕੋਈ ਚਾਰੇ ਦੀ ਖਾਣੇ ਦੀ? ਕਹਿੰਦੇ ਜੀ ਖਾਣਾ ਤਾਂ ਤੁਸੀਂ ਇੰਨਾ ਭੇਜਤਾ ਕਿ ਉਹਨਾਂ ਪਿੰਡ ਵਾਲਿਆਂ ਨੇ ਵਾਪਸ ਕੀਤਾ ਖਾਣਾ, ਬਲਕਿ ਕਿ ਖਾਣਾ ਸਾਡੇ ਕੋਲ ਇੰਨਾ ਅਬੰਡੈਂਸ ਆ ਚੁੱਕਾ ਦਾ। ਅਤੇ ਰਾਦਰ ਥੈਂਕ ਯੂ ਪੰਜਾਬ ਸਰਕਾਰ ਦਾ ਕਰ ਰਹੇ ਸੀ ਉਹ ਵੀ, ਪਰ ਉਹ ਥੋੜ੍ਹਾ ਜਿਹਾ ਕਹਿ ਰਹੇ ਸੀ ਕਿ ਪਾਣੀ ਦੀ ਥੋੜ੍ਹੀ ਪ੍ਰੋਬਲਮ ਆ ਰਹੀ ਹੈ ਔਰ ਚਾਰੇ ਦੀ, ਔਰ ਉਹ ਹੁਣ ਜਾ ਰਿਹਾ, ਪਾਣੀ ਚਾਰਾ ਹੋਰ ਜਾ ਰਿਹਾ, ਬਾਕੀ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ। ਇੱਕ ਪਾਸੇ ਜਿੱਥੇ ਇਸ ਵੇਲੇ ਭਾਖੜਾ ਡੈਮ ਤੋਂ ਛੱਡੇ ਵਾਧੂ ਪਾਣੀ ਕਾਰਨ ਦਰਿਆਵਾਂ ਨੇੜਲੇ ਪਿੰਡਾਂ ਵਿੱਚ ਹੜ੍ਹ ਦਾ ਮਾਹੌਲ ਬਣਿਆ ਹੋਇਆ ਏ, ਉੱਥੇ ਹੀ ਦੂਜੇ ਪਾਸੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਪ੍ਰਤੀ ਵਰਤੀ ਜਾ ਰਹੀ ਅਣਗਹਿਲੀ ਕਾਰਨ ਕਈ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਸੇਵਾ ਵਿੱਚ ਲੱਗੀਆਂ ਹੋਈਆਂ ਨੇ। ਪਰ ਅੱਜ ਫਰੀਦਕੋਟ ਤੋਂ ਇੱਕ ਧਾਰਮਿਕ ਸੰਸਥਾ ਦੁਆਰਾ ਹੜ੍ਹ ਪੀੜਤਾਂ ਦੀ ਮਦਦ ਲਈ ਗੁਰਦੁਆਰਾ ਸ੍ਰੀ ਜੰਡ ਸਾਹਿਬ ਤੋਂ ਲੰਗਰ ਰਸਦ ਲੈ ਕੇ ਆ ਰਹੀ ਇੱਕ ਮਹਿੰਦਰਾ ਪਿਕਅਪ ਗੱਡੀ ਦਾ ਅਚਾਨਕ ਟਾਇਰ ਫਟ ਜਾਣ ਕਾਰਨ ਗੱਡੀ ਪਲਟ ਗਈ ਤੇ ਇਸ ਹਾਦਸੇ ਵਿੱਚ ਗੱਡੀ ਵਿੱਚ ਸਵਾਰ 16 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ, ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਜ਼ਿਆਦਾ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਹ ਜੀ ਦੂਜਾ ਮਤਲਬ ਟਾਇਰ ਪਾੜ ਗਿਆ ਗੱਡੀ ਦਾ। ਕਿੱਥੇ ਜਾ ਰਹੇ ਸੀ ਤੁਸੀਂ? ਇਹ ਜੀਰੇ ਦੇ ਮਗਰ ਆਏ। ਜਾ ਕਿੱਥੇ ਰਹੇ ਸੀ? ਜਾ ਕੇ ਹੜ ਸੀਗਾ ਜਿੱਥੇ ਆਏ ਜੀ, ਉੱਥੇ ਮਤਲਬ ਚੱਲੇ ਥਾਂ ਜੀ, ਲੰਗਰ ਪਾਣੀ ਨਹੀਂ ਚੱਲੇ। ਅੱਛਾ, ਕੀ ਹੋਇਆ? ਕੀ ਇਹ ਜੀ ਮਤਲਬ ਇਹ ਗੱਡੀ ਮੂਹਰੇ ਹੋ ਗਈ। ਕਿੰਨੇ ਕੁ ਬੰਦਿਆਂ ਸੱਟਾਂ ਲੱਗੀਆਂ? 14-15 ਬੰਦੇ। ਇਹ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਦਾ ਕੇਸ ਆਇਆ ਸਿਵਲ ਹੋਸਪਿਟਲ ਜ਼ੀਰਾ ਦੇ ਵਿੱਚ, ਜ਼ੀਰਾ ਮੁੱਖ ਰੋਡ 'ਤੇ ਐਕਸੀਡੈਂਟ ਹੋਇਆ। ਉਹਦੇ ਵਿੱਚ ਸਾਡੇ ਕੋਲ ਟੋਟਲ ਹੁਣ ਤੱਕ 16 ਪੇਸ਼ੈਂਟ ਆ ਚੁੱਕੇ ਹੈ, ਜਿਨ੍ਹਾਂ 'ਚੋਂ ਦੋ ਦੀ ਹਾਲਤ ਥੋੜ੍ਹੀ ਸੀਰੀਅਸ ਸੀਗੀ, ਉਹਨਾਂ ਨੂੰ ਅਸੀਂ ਫਸਟ ਏਡ ਦੇ ਕੇ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ, ਔਰ ਬਾਕੀ ਜਿਹੜੇ ਪੇਸ਼ੈਂਟਸ ਆ ਸਾਡੇ ਕੋਲ ਇੱਥੇ ਐਡਮਿਟ ਨੇ, ਉਹਨਾਂ ਦੀ ਅੱਗੇ ਟ੍ਰੀਟਮੈਂਟ ਚੱਲ ਰਿਹਾ। ਸ਼੍ਰੀ ਗੁਰੂ ਰਵਿਦਾਸ ਦਾ ਮੰਦਰ ਤੋੜੇ ਜਾਣ ਤੋਂ ਬਾਅਦ ਜਿੱਥੇ ਮਾਹੌਲ ਤਣਾਅ ਭਰਿਆ ਹੋ ਗਿਆ ਏ, ਉੱਥੇ ਹੀ ਰਵਿਦਾਸ ਸਮਾਜ ਵੱਲੋਂ ਮੰਦਰ ਦੀ ਉਸੇ ਜਗ੍ਹਾ ਉਸਾਰੀ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਇਸ ਮੁੱਦੇ ਤੇ ਵੱਖ ਵੱਖ ਸਿਆਸਤਦਾਨਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ। ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਮੰਦਰ ਉੱਥੇ ਹੀ ਬਣਾਉਣ ਦਾ ਪ੍ਰਸਤਾਵ ਪਾਸ ਕੀਤਾ ਏ। ਪੰਜਾਬ ਵਿੱਚ ਵੀ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੈਪਟਨ ਸਰਕਾਰ ਨੂੰ ਵਿਸ਼ੇਸ਼ ਇਜਲਾਸ ਬੁਲਾਉਣ ਨੂੰ ਲੈ ਕੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਏ। ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਸਿੰਘ ਰੋੜੀ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਅਕਾਲੀ ਦਲ ਤੇ ਕਾਂਗਰਸ ਦੁਆਰਾ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਪਾਸ ਕੀਤੇ ਗਏ ਪ੍ਰਸਤਾਵ ਉਹਨਾਂ ਨੂੰ ਮੂੰਹ ਤੋੜ ਜਵਾਬ ਨੇ ਤੇ ਜੈ ਸਿੰਘ ਰੋੜੀ ਨੇ ਕਿਹਾ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਪ੍ਰਸਤਾਵ ਲਿਆਉਣਾ ਚਾਹੀਦਾ ਹੈ ਤੇ ਅਕਾਲੀ ਦਲ ਨੂੰ ਪੰਥਕ ਪਾਰਟੀ ਹੋਣ ਦੇ ਨਾਂ ਤੇ ਕੇਂਦਰ ਤੇ ਦਬਾਅ ਬਣਾਉਣਾ ਚਾਹੀਦਾ ਹੈ। ਪੰਜਾਬ ਦੇ ਵਿੱਚ ਕਾਂਗਰਸ ਨੇ, ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਵਹਿਮ ਫੈਲਾਇਆ, ਇੱਥੇ ਦੇ ਲੋਕਾਂ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਕਿ ਦਿੱਲੀ ਦੇ ਵਿੱਚ ਜੋ ਵੀ ਘਟਨਾਕ੍ਰਮ ਹੋਇਆ, ਸੁਖਬੀਰ ਬਾਦਲ ਨੇ ਵੀ ਕਿਹਾ, ਉਹਨਾਂ ਦੇ ਨਾਲ ਜਿਹੜੇ MLA ਨੇ ਉਹਨਾਂ ਨੇ ਵੀ ਕਿਹਾ, ਸਾਧੂ ਸਿੰਘ ਧਰਮਸੋਤ ਦਾ ਬਿਆਨ ਵੀ ਆਇਆ ਕਿ ਉਸ ਮੰਦਰ ਨੂੰ ਢਾਏ ਜਾਣ ਦੇ ਵਿੱਚ ਕੇਜਰੀਵਾਲ ਦਾ ਬਹੁਤ ਵੱਡਾ ਹੱਥ ਹੈ। ਪਰ ਸਪਸ਼ਟੀਕਰਨ ਹੋ ਗਿਆ ਭਰਾਓ ਤੁਹਾਡੇ ਸਾਰਿਆਂ ਦੇ ਸਾਹਮਣੇ, ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਸਪੈਸ਼ਲ ਸੈਸ਼ਨ ਬੁਲਾਇਆ, ਉਸ ਦੇ ਉੱਪਰ ਚਰਚਾ ਰੱਖੀ ਔਰ ਮਤਾ ਪਾਸ ਕਰਕੇ ਭੇਜਿਆ ਕੇਂਦਰ ਦੀ ਸਰਕਾਰ ਨੂੰ ਕਿ ਤੁਸੀਂ 4 ਏਕੜ ਦੀ ਗੱਲ ਕਰਦੇ ਹੋ, 4 ਏਕੜ ਦੇ ਵਿੱਚ ਜੰਗਲ ਲਾਉਣ ਦੀ ਗੱਲ ਕਰਦੇ ਹੋ, ਜੇਕਰ ਕੇਂਦਰ ਦੀ ਸਰਕਾਰ 4 ਏਕੜ ਜ਼ਮੀਨ ਉਹ ਦੇ ਦਿੰਦੀ ਹੈ ਤਾਂ ਦਿੱਲੀ ਦੀ ਸਰਕਾਰ ਉਹਦੇ ਵੱਟੇ 100 ਏਕੜ ਜ਼ਮੀਨ ਆਪਣੇ ਜੰਗਲਾਤ ਨੂੰ ਆਪਣੇ DDA ਨੂੰ ਦੇਵੇਗੀ। ਪਰ ਹੁਣ ਦੇਖਣਾ ਇਹ ਆ, ਉਹਨਾਂ ਨੇ ਇਹ ਵੀ ਕਿਹਾ ਕਿ ਮੰਦਰ ਨੂੰ ਬਣਾਏ ਜਾਣ ਦੇ ਵਿੱਚ ਜਿੰਨਾ ਵੀ ਖਰਚਾ ਆਵੇਗਾ ਬੱਬੇ ਮੰਦਰ ਬਣਾਉਣ ਦੇ ਵਿੱਚ ਉਹ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਬਣਾ ਕੇ ਦੇਵੇਗੀ। ਅੱਜ ਸਾਡੀ ਮੰਗ ਹੈ ਕਿ ਪੰਜਾਬ ਦੇ ਵਿੱਚ ਸਾਧੂ ਸਿੰਘ ਧਰਮਸੋਤ ਜੀ ਸੁਣ ਲਓ, ਤੁਸੀਂ ਬਹੁਤ ਵੱਡਾ ਬਿਆਨ ਦਿੱਤਾ ਕਿ ਕੇਜਰੀਵਾਲ ਨੇ ਉਠਾ ਦਿੱਤਾ, ਪਰ ਕੇਜਰੀਵਾਲ ਨੇ ਆਪਣਾ ਫਰਜ਼ ਨਿਭਾ ਦਿੱਤਾ, ਵਿਧਾਨ ਸਭਾ ਦਾ ਸੈਸ਼ਨ ਬੁਲਾਇਆ, ਉਹਦੇ ਵਿੱਚ ਮਤਾ ਪਾਸ ਕਰਕੇ ਭੇਜ ਦਿੱਤਾ, ਅੱਜ ਪੰਜਾਬ ਦੇ ਕੈਬਨਿਟ ਦੇ ਵਿੱਚ ਤੁਸੀਂ ਮੰਤਰੀ ਹੋ, ਕਹੋ ਕੈਪਟਨ ਸਾਹਿਬ ਨੂੰ ਕਿ ਉਹ ਵੀ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ, ਇਹਦੇ ਉੱਪਰ ਬਹਿਸ ਰੱਖਣ ਔਰ ਪੰਜਾਬ ਸਰਕਾਰ ਆਪਣੇ ਮਤਾ ਪਾਸ ਕਰਕੇ ਭੇਜੇ ਕੇਂਦਰ ਨੂੰ ਕਿ ਉੱਥੇ ਹੀ ਮੰਦਰ ਬਣਨਾ ਚਾਹੀਦਾ ਹੈ। ਫਰੀਦਕੋਟ ਦੇ ਹਲਕਾ ਜੈਤੋ ਦੇ ਪਿੰਡ ਮੱਤਾ ਵਿੱਚ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਨੀ ਨੂੰ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਦਿੱਤੀ। ਕੱਲ ਰਾਤ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ, ਜਿਸ ਕਰਕੇ ਉਹਨਾਂ ਨੂੰ ਫਰੀਦਕੋਟ ਤੋਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਪੀੜਤ ਮਨੀ ਆਪਣੇ 2 ਹੋਰ ਸਾਥੀਆਂ ਸਮੇਤ ਕਬੱਡੀ ਖੇਡ ਕੇ ਵਾਪਸ ਪਰਤ ਰਿਹਾ ਸੀ। ਇਹਨਾਂ ਵਿੱਚੋਂ ਮਨਪ੍ਰੀਤ ਮੋਟਰਸਾਈਕਲ ਚਲਾ ਰਿਹਾ ਸੀ, ਜਿਸ ਨੂੰ ਪਿੱਛੋਂ ਆਏ 2 ਹਮਲਾਵਰਾਂ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਮਨੀ ਦੇ ਸਿਰ ਵਿੱਚ ਗੋਲੀ ਲੱਗਣ ਨਾਲ ਉਹਨਾਂ ਦੀ ਹਾਲਤ ਕਾਫੀ ਗੰਭੀਰ ਸੀ, ਜਿਸ ਦੇ ਚਲਦਿਆਂ ਉਹਨਾਂ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ, ਪਰ ਇੱਥੋਂ ਡਾਕਟਰਾਂ ਨੇ ਉਹਨਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ। ਇਹ ਵਾਰਦਾਤ ਕੱਲ੍ਹ ਸ਼ਾਮੀ ਕਰੀਬ 7:30-8 ਵਜੇ ਹੋਈ ਹੈ। ਪਿੰਡ ਮੱਤਾ ਵਿਖੇ ਇੱਕ ਕਬੱਡੀ ਟ੍ਰੇਨਿੰਗ ਕੈਂਪ ਚੱਲ ਰਿਹਾ ਸੀ। ਇਹ ਮੁੰਡਾ ਮਨਪ੍ਰੀਤ ਸਿੰਘ ਗਿੱਲ ਇਸ ਮਨੀ ਹੈ,
ਕੋਠੇ ਮਾਲੇ ਵਾਲੇ ਦੇ, ਮਾਲਾ ਸਿੰਘ ਵਾਲੇ ਦਾ, ਇਹ ਵੀ ਉੱਥੇ ਪ੍ਰੈਕਟਿਸ ਕਰਨ ਜਾਂਦਾ ਸੀ ਡੇਲੀ ਪਿਛਲੇ ਕਰੀਬ 15-20 ਦਿਨ ਮਹੀਨੇ ਤੋਂ। ਕੱਲ੍ਹ ਵੀ ਸ਼ਾਮੀ ਰੂਟੀਨ ਦੀ ਤਰ੍ਹਾਂ 5 ਵਜੇ ਤੋਂ ਲੈ ਕੇ 7 ਵਜੇ ਤੱਕ ਉਹਨੇ ਪ੍ਰੈਕਟਿਸ ਕੀਤੀ। ਤਾਂ ਪ੍ਰੈਕਟਿਸ ਤੋਂ ਬਾਅਦ ਆਪਣੇ ਮੋਟਰਸਾਈਕਲ ਦੇ ਨਾਲ ਪਿੱਛੇ ਇੱਕ ਉਹਦਾ ਕਜ਼ਨ ਸੀ ਚਾਚੇ ਦਾ ਮੁੰਡਾ, ਇੱਕ ਉਹਦਾ ਹੋਰ ਦੋਸਤ ਬੈਠਾ ਸੀ, ਤਿੰਨ ਜਣੇ ਵਾਪਸ ਆਪਣੇ ਘਰ ਨੂੰ ਜਾ ਰਹੇ ਸੀ। ਤਾਂ ਮੱਤੇ ਤੋਂ ਅਜਿੱਤ ਗਿੱਲ ਵਾਲੀ ਸੜਕ ਦੇ 1 ਕਿਲੋਮੀਟਰ ਦੇ ਬਾਹਰ ਕਰੀਬ ਪਿੱਛੋਂ ਮੋਟਰਸਾਈਕਲ ਅਤੇ 2 ਹੋਰ ਨੌਜਵਾਨ ਆਏ ਅਤੇ ਮੋਟਰਸਾਈਕਲ ਬਰਾਬਰ ਲਾ ਕੇ ਉਹਨਾਂ ਨੇ ਉਹਨਾਂ 'ਤੇ ਫਾਇਰ ਕੀਤਾ। ਆਲੇ ਦੁਆਲੇ ਜਦੋਂ ਲੋਕਾਂ ਨੇ ਕੋਈ ਆਦਮੀ ਖੇਤਾਂ 'ਚ ਪਾਣੀ ਪੂਣੀ ਲਾ ਸੀ, ਉਹਨਾਂ ਰੌਲਾ ਪਾਇਆ ਤਾਂ ਮੋਟਰਸਾਈਕਲ 'ਤੇ ਭੱਜ ਗਏ। ਉਹ ਤਾਂ ਇੱਥੇ ਪਿੱਛੇ ਤੋਂ ਇੰਜਰੀ ਆ ਬੰਦੇ ਦੀ, ਰੈਫਰ ਕਰਤਾ ਲੁਧਿਆਣੇ, ਫਿਲਹਾਲ ਪਤਾ ਲੱਗਿਆ ਕਿ ਠੀਕ ਹੈ। ਕੇਸ ਇਹ ਅਜੇ ਪਤਾ ਨਹੀਂ ਲੱਗ ਸਕਿਆ ਕਿਉਂਕਿ ਜਿਹੜਾ ਬੰਦਾ ਅਟੈਕ ਹੋਇਆ ਇਹ ਸਾਰੀ ਗੱਲਬਾਤ ਉਹੀ ਦੱਸੂਗਾ। ਲੰਬੇ ਸਮੇਂ ਤੋਂ ਗੰਨਾ ਉਤਪਾਦਕ ਕਿਸਾਨ ਆਪਣੇ ਗੰਨੇ ਦੀ ਫਸਲ ਦਾ ਬਕਾਇਆ ਲੈਣ ਲਈ ਸੰਘਰਸ਼ ਕਰ ਰਹੇ ਨੇ। ਗੰਨਾ ਉਤਪਾਦਕ ਕਿਸਾਨਾਂ ਨੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਵਿੱਚ ਕੌਮੀ ਸ਼ਾਹ ਮਾਰਗ ਬੰਦ ਕਰ ਧਰਨਾ ਪ੍ਰਦਰਸ਼ਨ ਕੀਤਾ। ਨਾਰਾਜ਼ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ਼ ਖੂਬ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਵੀ ਫੂਕਿਆ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰ ਦੇਣਗੇ। ਜੋ ਕਿ ਸਾਰੇ ਕਿਸਾਨਾਂ ਦਾ ਰੋਸ ਹੈ ਕਿ ਜੋ ਸਰਕਾਰ ਨੇ 25 ਰੁਪਏ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣੀ ਸੀ, ਉਹ ਸਮੂਹ ਕਿਸਾਨਾਂ ਦੇ ਖਾਤਿਆਂ ਵਿੱਚ ਨਾ ਪਾ ਕੇ ਸਿਰਫ 1 ਮਿਲ ਨੂੰ ਹੀ ਉਹ ਰਾਸ਼ੀ ਦੇ ਕੇ ਅਤੇ ਬਾਕੀਆਂ ਕਿਸਾਨਾਂ ਨੂੰ ਨਿਰਾਸ਼ਾ ਦੇ ਆਲਮ ਵਿੱਚ ਲਿਆਂਦਾ ਗਿਆ। ਉਸੇ ਲਿਹਾਜ਼ਾ ਸਾਨੂੰ ਐਮਰਜੈਂਸੀ ਮੀਟਿੰਗ ਕਰਨੀ ਪਈ ਹੈ। ਕਿਸਾਨਾਂ ਦਾ ਇਕੱਠ ਸੁੱਖ ਨਾਲ ਵਾਹਵਾ ਹੋ ਗਿਆ। ਹੁਣ ਅਸੀਂ ਸਰਕਾਰ ਦਾ ਪੁਤਲਾ ਵੀ ਫੂਕਾਂਗੇ, ਰੋਸ ਮੁਜ਼ਾਹਰੇ ਕਰਾਂਗੇ ਅਤੇ DC ਸਾਹਿਬ ਨੂੰ ਆਪਣਾ ਮੈਮੋਰੈਂਡਮ ਵੀ ਦਿਆਂਗੇ 1-2 ਦਿਨਾਂ ਦੇ ਬਾਅਦ ਕਿ ਸਾਡੇ ਨਾਲ ਇਹ ਜੋ ਵਿਤਕਰਾ ਕੀਤਾ ਗਿਆ ਹੈ ਕਿਉਂ ਕੀਤਾ ਗਿਆ ਅਤੇ ਸਾਡੇ ਖਾਤਿਆਂ 'ਚ ਪੇਮੈਂਟ ਜਲਦੀ ਤੋਂ ਜਲਦੀ ਪਾਈ ਜਾਏ। ਬਿਲਕੁਲ ਜ਼ਰੂਰ ਕਰਾਂਗੇ, ਅਸੀਂ ਆਖਰੀ ਜਿੱਥੋਂ ਤੱਕ ਵੀ ਚੱਲੇਗਾ ਅਸੀਂ ਜਾਣ ਨੂੰ ਤਿਆਰ ਹਾਂ। ਸਾਨੂੰ ਰੇਲਾਂ ਰੋਕਣੀਆਂ ਪੈਣ, ਸਾਨੂੰ ਹਾਈਵੇ ਜਾਮ ਕਰਨੇ ਪੈਣ, ਸਾਨੂੰ ਸੈਕਟਰੀਏਟ ਚੰਡੀਗੜ੍ਹ ਜਾਣਾ ਪਏ, ਜਿੱਥੇ ਵੀ ਜਾਣਾ ਪਏ ਅਸੀਂ ਜਾਣ ਨੂੰ ਤਿਆਰ ਹਾਂ। ਸਾਰੇ ਕਿਸਾਨ ਵੀਰ ਆਪਣੇ ਹੱਕ ਲੈਣੇ ਆ, ਕੋਈ ਭੀਖ ਥੋੜ੍ਹਾ ਮੰਗਦੇ ਇਹਨਾਂ ਕੋਲੋਂ। ਤਰਨ ਤਾਰਨ ਪੁਲਿਸ ਨੇ ਜਾਲੀ ਕਰੰਸੀ ਤਿਆਰ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਿਰੋਹ ਦੇ 4 ਮੈਂਬਰਾਂ ਨੂੰ ਨੋਟ ਛਾਪਣ ਲਈ ਵਰਤੇ ਜਾਂਦੇ ਪ੍ਰਿੰਟਰ ਤੇ 8 ਲੱਖ ਦੀ ਜਾਲੀ ਭਾਰਤੀ ਕਰੰਸੀ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਨਾਕੇਬੰਦੀ ਦੌਰਾਨ ਮੋਟਰਸਾਈਕਲਾਂ ਤੇ ਆਉਂਦਿਆਂ ਗ੍ਰਿਫ਼ਤਾਰ ਕੀਤਾ। ਇਹਨਾਂ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਮੇਲਕਾ ਅਕਾਲੀਆਂ ਜ਼ਿਲ੍ਹਾ ਮੋਗਾ, ਅੰਗਰੇਜ਼ ਸਿੰਘ ਵਾਸੀ ਬਹਿਕਾ ਪਛਾੜੀਆਂ ਜ਼ਿਲ੍ਹਾ ਫਿਰੋਜ਼ਪੁਰ, ਕਮਲਜੀਤ ਸਿੰਘ ਵਾਸੀ ਗੱਗ ਕਲਾਂ ਜ਼ਿਲ੍ਹਾ ਲੁਧਿਆਣਾ ਤੇ ਬਲਵਿੰਦਰ ਕੁਮਾਰ ਵਾਸੀ ਹੀਰਾਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਤਰਨ ਤਾਰਨ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਪੁਲਿਸ ਨੇ 4 ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਨਾਕੇ ਦੌਰਾਨ ਜਿਹੜੇ 2 ਮੋਟਰਸਾਈਕਲ ਤੇ 4 ਵਿਅਕਤੀ ਆ ਰਹੇ, ਜਿਨ੍ਹਾਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਗਈ, ਜਿਨ੍ਹਾਂ ਕੋਲੋਂ 8 ਲੱਖ ਰੁਪਏ ਜਿਹੜਾ ਜਾਲੀ ਕਰੰਸੀ ਬਰਾਮਦ ਹੋਈ ਹੈ ਤੇ 1 ਸਕੈਨਰ ਬਰਾਮਦ ਹੋਇਆ ਜਿਹੜਾ ਜਿੱਥੇ ਜਾਲੀ ਨੋਟ ਤਿਆਰ ਕਰਦੇ ਸੀ। ਜਿਹੜੇ ਮੋਟਰਸਾਈਕਲ ਆ ਉਹ ਵੀ ਦੋਵੇਂ ਬਿਨਾਂ ਨੰਬਰ ਹੀ ਆ ਤੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਤੇ ਇਹ ਸਨ ਹੁਣ ਤੱਕ ਦੀਆਂ ਖ਼ਬਰਾਂ। ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖ਼ਬਰਾਂ ਤੇ। INX ਮੀਡੀਆ ਘੋਟਾਲੇ ਵਿੱਚ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਰਾਹਤ। ED ਵੱਲੋਂ ਗ੍ਰਿਫ਼ਤਾਰੀ ਕੀਤੇ ਜਾਣ ਤੇ ਲਾਈਵ ਰੋਕ। ਚਿਦੰਬਰਮ ਬਾਰੇ ਅਗਲੀ ਸੁਣਵਾਈ 26 ਅਗਸਤ ਨੂੰ ਤੈਅ। ਸੂਬੇ ਵਿੱਚ ਆਏ ਹੜ੍ਹਾਂ ਲਈ ਕੈਪਟਨ ਸਰਕਾਰ ਜ਼ਿੰਮੇਵਾਰ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ। ਕਿਹਾ ਕੈਪਟਨ ਸਰਕਾਰ ਕੇਂਦਰ ਤੋਂ ਆਏ ਫੰਡਾਂ ਦਾ ਨਹੀਂ ਕਰ ਪਾ ਰਹੀ ਸਹੀ ਉਪਯੋਗ। ਬੁੱਢੇ ਦਰਿਆ ਦੇ ਗੰਦੇ ਪਾਣੀ ਤੋਂ ਪਰੇਸ਼ਾਨ ਅਕਾਲੀ ਆਗੂਆਂ ਨੇ ਗੰਦਾ ਪਾਣੀ ਬਾਲਟੀਆਂ ਵਿੱਚ ਭਰ ਕੇ ਹਲਕਾ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਅੱਗੇ ਸੁੱਟਿਆ। ਜਦਕਿ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੋਂ ਸਹਿਯੋਗ ਦੀ ਕੀਤੀ ਮੰਗ। ਕੇਜਰੀਵਾਲ ਸਰਕਾਰ ਵੱਲੋਂ ਵਿਸ਼ੇਸ਼ ਇਜਲਾਸ ਸੱਦ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਿਰ ਦੁਬਾਰਾ ਉਸੇ ਸਥਾਨ ਤੇ ਬਣਾਏ ਜਾਣ ਦਾ ਪ੍ਰਸਤਾਵ ਪਾਸ ਕਰਨ ਤੋਂ ਬਾਅਦ ਸੂਬੇ ਦੀ ਕੈਪਟਨ ਸਰਕਾਰ ਅਤੇ ਅਕਾਲੀ ਦਲ ਤੇ ਬਣਾਇਆ ਦਬਾਅ। ਆਪ ਆਗੂਆਂ ਨੇ ਕੈਪਟਨ ਸਰਕਾਰ ਤੋਂ ਇਸ ਮੁੱਦੇ ਤੇ ਇਜਲਾਸ ਸੱਦਣ ਦੀ ਕੀਤੀ ਮੰਗ ਤੇ ਗੰਨੇ ਦੀ ਫਸਲ ਦਾ ਬਕਾਇਆ ਲੈਣ ਲਈ ਕਿਸਾਨ ਫਿਰ ਸੜਕਾਂ ਤੇ। ਕਸਬਾ ਟਾਂਡਾ ਵਿੱਚ GT ਰੋਡ ਕੀਤੀ ਜਾਮ। ਕੈਪਟਨ ਸਰਕਾਰ ਦਾ ਫੂਕਿਆ ਪੁਤਲਾ, ਸੰਘਰਸ਼ ਤੇਜ਼ ਕਰਨ ਦੀ ਦਿੱਤੀ ਚੇਤਾਵਨੀ। ਇਸ ਨਾਲ ਹੀ TV84 ਦਾ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।